ਇਸ ਦੌਰਾਨ ਚੰਡੀਗੜ੍ਹ ਪੁਲਿਸ ਨੇ ਪਟਨਾ 'ਚ ਹੋਏ ਧਮਾਕਿਆਂ ਨੂੰ ਦੇਖਦਿਆਂ ਚੌਕਸੀ ਦੇ ਪੁਖਤਾ ਪ੍ਰਬੰਧ ਕੀਤੇ ਨੇ। ਚੰਡੀਗੜ੍ਹ ਪੁਲਿਸ ਦੇ ਬੰਬ ਨਕਾਰਾ ਦਸਤੇ ਨੇ ਰੇਲਵੇ ਸਟੇਸ਼ਨ 'ਤੇ ਖੋਜੀ ਕੁੱਤਿਆਂ ਨਾਲ ਚੈਕਿੰਗ ਕੀਤੀ। ਇਸ ਦੌਰਾਨ ਕਈ ਪ੍ਰੀਖਿਆਰਥੀ ਵੀ ਰੇਲਵੇ ਦੀ ਭਰਤੀ ਪ੍ਰੀਖਿਆ ਦੇਣ ਲਈ ਪਹੁੰਚੇ ਹੋਏ ਸਨ, ਜਿਸ ਕਰਕੇ ਸਟੇਸ਼ਨ 'ਤੇ ਕਾਫੀ ਭੀੜ ਭੜੱਕਾ ਸੀ। ये वैसे जनरल चेकिंग हो रही है, हम करते हैं डेली। हाँ जी जी। कोई भीड़ भड़का है जहाँ हमारी स्कॉट जो जाता है। हाँ जी जी। कोई ऐसी लावार चीज़ ना हो, पब्लिक को हम बताते हैं कि कोई भी आपको चीज़ मिले, कोई बैग मिले, कुछ भी मिले तो हमारे को 100 नंबर में फ़ोन कीजिए और 5 मिनट आपकी गाड़ी आती है, आ जाती है, हम प्रॉपर इसकी चेकिंग कर रहे हैं। हाँ, इसी करके भीड़ भड़का काफ़ी है, तो उस करके जनरल चेकिंग बस स्टैंड, रेलवे स्टेशन, मार्केट, ये सारी हम कर रहे हैं। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।